ਮੇਰਾ ਨਾਮ ਸਰਦਾਰ ਕਲਵੰਤ ਸਿੰਘ, ਪਿੰਡ ਬਜੜੇ ਦਾ ਰਹਿਣ ਵਾਲਾ ਮੈਂ। ਮੇਰੇ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਰਹਿੰਦੀ ਸੀ, ਜਿਸ ਨਾਲ ਮੈਂ ਚੱਲ ਨਹੀਂ ਸੀ ਸਕਦਾ ਜ਼ਿਆਦਾ, ਮੈਂ ਪੌੜੀਆਂ ਨਹੀਂ ਸੀ ਚੜ੍ਹ ਸਕਦਾ। ਮੈਂ ਟੀ ਵੀ ਦੇਖ ਰਿਹਾ ਸੀ ਅਤੇ ਮੈਨੂੰ ਐਡ ਤੋਂ ਪਤਾ ਚੱਲਿਆ ਤਰਨ ਤਾਰਨ ਦੇ ਵਿੱਚ ਅਮਨਦੀਪ ਕਮਲ ਹੋਸਪਿਟਲ ਖੁੱਲ੍ਹਾ, ਜਿਸ ਦੇ ਵਿੱਚ ਮੈਂ ਆਣ ਕੇ ਵਿਜ਼ਿਟ ਕੀਤਾ। ਵਿਜ਼ਿਟ ਕਰਨ 'ਤੇ ਮੈਨੂੰ ਡਾਕਟਰ ਪਰਮਪ੍ਰੀਤ ਸਿੰਘ, ਉਹਨਾਂ ਨੇ ਗਾਈਡਲਾਈਨ ਦਿੱਤੀ ਗੋਡਿਆਂ ਦੀ ਰਿਪਲੇਸਮੈਂਟ ਕਰਨੀ ਪੈਣੀ ਆ, ਜਿਸ 'ਤੇ ਮੈਂ ਆਪਣੇ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਇਲਾਜ ਕਰਵਾਇਆ। ਇਲਾਜ ਕਰਵਾਉਣ ਦੇ ਨਾਲ ਮੈਂ 7 ਦਿਨ ਇਸ ਹੋਸਪਿਟਲ ਦੇ ਵਿੱਚ ਰਿਹਾ, ਜਿਸ 'ਤੇ ਮੇਰਾ ਬਹੁਤ ਵਧੀਆ ਉਹਨਾਂ ਨੇ ਇਲਾਜ ਕੀਤਾ, ਬਹੁਤ ਵਧੀਆ ਮੈਨੂੰ ਉਹਨਾਂ ਨੇ ਇੱਥੇ ਮੇਰੀ ਉਹਨਾਂ ਨੇ ਕੇਅਰ ਕੀਤੀ, ਜਿਸ 'ਤੇ ਮੈਂ 7 ਦਿਨ ਬਾਅਦ ਆਪਣੇ ਘਰ ਆਪ ਚੱਲ ਕੇ ਗਿਆ। ਮੈਂ ਪਹਿਲੇ ਦਿਨ ਤੋਂ ਹੀ ਵੋਕਰ ਦੇ ਨਾਲ ਆਪਣੀਆਂ ਸੀੜੀਆਂ ਚੜ੍ਹਿਆ, ਹੁਣ ਮੈਨੂੰ 6 ਮਹੀਨੇ ਹੋ ਚੱਲੇ ਆ, ਮੈਨੂੰ ਕੋਈ ਦਰਦ ਨਹੀਂ ਗੋਡਿਆਂ ਦੇ ਵਿੱਚ, ਮੈਂ ਸੀੜੀਆਂ ਵੀ ਚੜ੍ਹਦਾ, ਮੈਂ ਬਹੁਤ ਖੁਸ਼ ਹਾਂ ਹੋਸਪਿਟਲ ਦੇ ਡਾਕਟਰ ਸਾਹਿਬ ਨਾਲ ਤੇ ਬਹੁਤ ਖੁਸ਼ ਹਾਂ। ਮੈਂ ਹੋਰ ਹੋਸਪਿਟਲਾਂ 'ਤੇ ਵੀ ਗਿਆ, ਇਸ ਤੋਂ ਬਾਅਦ ਮੈਂ ਚੰਡੀਗੜ੍ਹ ਵੀ ਪਤਾ ਕੀਤਾ ਸੀ, ਜਲੰਧਰ ਵੀ ਪਤਾ ਕੀਤਾ ਸੀ, ਮੈਨੂੰ ਇੱਥੇ ਜ਼ਿਆਦਾ ਬੈਸਟ ਲੱਗਾ, ਇਸ ਕਰਕੇ ਮੈਂ ਇਹ ਹੋਸਪਿਟਲ ਤੋਂ ਆਪਣਾ ਇਲਾਜ ਕਰਵਾਇਆ।